ਪਾਤੜਾਂ ਦੇ ਪਿੰਡ ਹਰਿਆਓ ਖੁਰਦ ਦੇ ਇੱਕ ਵਿਅਕਤੀ ਤੋਂ ਦਿਨ ਦਿਹਾੜੇ ਦੋ ਮੋਟਰਸਾਈਕਲਾਂ ਤੇ ਸਵਾਰ ਚਾਰ ਵਿਅਕਤੀ 5 ਲੱਖ ਰੁਪਏ ਖੋਹ ਕੇ ਫਰਾਰ ਹੋ ਗਏ, ਜਿਸ ਦੀ ਸੂਚਨਾ ਮਿਲਣ ਤੇ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰਦਿਆਂ ਜਿੱਥੇ ਨਾਕਾਬੰਦੀ ਕਰਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ, ਉੱਥੇ ਹੀ ਸੀਸੀਟੀਵੀ ਕੈਮਰਿਆਂ ਤੋਂ ਦੋਸ਼ੀਆਂ ਨੂੰ ਸ਼ਨਾਖਤ ਕਰਨ ਦੇ ਯਤਨ ਕੀਤੇ ਜਾ ਰਹੇ ਨੇ। ਪਿੰਡ ਹਰਿਆਓ ਖੁਰਦ ਦੇ ਨਿਰਮਲ ਸਿੰਘ ਨੇ ਦੱਸਿਆ ਹੈ ਕਿ ਉਸਦੇ ਭਤੀਜੇ ਨੇ ਵਿਦੇਸ਼ ਜਾਣ ਲਈ ਉਸਨੂੰ ਜ਼ਮੀਨ ਵੇਚੀ ਸੀ, ਜਿਸ ਨੂੰ ਤੈਅ ਕੀਤੇ ਰੁਪਏ ਦੇਣ ਲਈ ਉਸਨੇ ਪਾਤੜਾਂ ਦੇ SBI ਬੈਂਕ ਤੋਂ 4,95,000 ਰੁਪਏ ਕਢਵਾਏ ਸਨ। ਕਢਵਾਏ ਗਏ ਇਹਨਾਂ ਰੁਪਈਆਂ ਨੂੰ ਲੈ ਕੇ ਇੱਕ ਝੋਲੇ ਵਿੱਚ ਪਾ ਕੇ ਮੋਟਰਸਾਈਕਲ ਤੇ ਸਵਾਰ ਹੋ ਕੇ ਉਹ ਆਪਣੇ ਪਿੰਡ ਨੂੰ ਜਾ ਰਿਹਾ ਸੀ। ਜਦੋਂ ਉਹ ਪਿੰਡ ਦਿਓਗੜ ਦੇ ਪੀਰਖਾਨੇ ਕੋਲ ਪਹੁੰਚਿਆ ਤਾਂ ਉਸ ਦੇ ਮਗਰ ਆ ਰਹੇ ਮੋਟਰਸਾਈਕਲ ਸਵਾਰਾਂ ਨੇ ਉਸ ਨੂੰ ਧੱਕਾ ਮਾਰ ਸਮੇਤ ਮੋਟਰਸਾਈਕਲ ਥੱਲੇ ਸੁੱਟ ਦਿੱਤਾ ਅਤੇ ਉਸਦੇ ਹੱਥ ਵਿੱਚੋਂ ਡਿੱਗਿਆ ਰੁਪਈਆਂ ਵਾਲਾ ਝੋਲਾ ਚੁੱਕ ਕੇ ਉਕਤ ਲੁਟੇਰੇ ਫਰਾਰ ਹੋ ਗਏ। ਆਜ਼ਾਦ TV ਨਿਊਜ਼ ਦੇ ਲਈ ਪਾਤੜਾਂ ਤੋਂ ਰਾਜਵਿੰਦਰ ਸਿੰਘ ਖਿੰਡਾ ਦੀ ਰਿਪੋਰਟ। ਤੇ 5 ਲੱਖ ਰੁਪਈਆ ਕਢਵਾ ਕੇ ਚੱਲਿਆ ਸੀ, ਘਰ ਨੂੰ ਲੈ ਕੇ ਜਾ ਰਿਹਾ ਸੀ। ਰਸਤੇ ਦੇ ਵਿੱਚ 4 ਬੰਦਿਆਂ ਨੇ ਕਾਰਕੁਸਾਂ ਨੇ ਧੱਕਾ ਮਾਰ ਕੇ ਤਾਂ ਮੋਟਰਸਾਈਕਲ ਡਿੱਗ ਗਿਆ ਜੀ। ਡਿੱਗ ਪੈਸੇ ਲੈ ਕੇ ਚਲੇ ਗਏ ਨੇ। ਪੈਸੇ ਇਹਨਾਂ ਨੇ ਭਾਈ ਨੇ ਦੇ ਮੁੰਡੇ ਨੇ ਪਤਾ ਨਹੀਂ ਬਾਹਰ ਜਾਣਾ ਸੀ ਤੇ ਉਹਨਾਂ ਨੂੰ ਦੇਣੇ ਸੀ ਉਹਨਾਂ ਨੇ ਤੇ ਉਹਨਾਂ ਨੇ ਉਹਦਾ ਵੱਸ ਲੱਗਿਆ ਸੀ। ਜ਼ਮੀਨ ਵੇਚ ਕੇ? ਹਾਂਜੀ, ਉਹ ਜ਼ਮੀਨ ਉਹਨਾਂ ਨੇ ਵੇਚੀ ਸੀ, ਚਾਚੇ ਆਪਣੇ ਨਿਰਮਲ ਸਿੰਘ ਨੇ ਵੇਚੀ ਸੀ ਤੇ ਨਿਰਮਲ ਸਿੰਘ ਨੇ ਉਹਨਾਂ ਨੂੰ ਦੇਣੇ ਸੀ ਮੁੰਡਾ ਬਾਹਰ ਜਾਣਾ। ਪ੍ਰਸ਼ਾਸਨ ਸਰ ਕੋਈ ਨਹੀਂ, ਮੈਨੂੰ ਥਾਣੇ ਗਿਆ ਜੀ, ਬੰਦੇ ਉੱਧਰ ਭੱਜ ਗਏ ਨੇ, ਬੈਂਕ 'ਚ ਲੈ ਕੇ ਆ ਗਏ ਨੇ, ਬੈਂਕ 'ਚ ਫੋਟੋਆਂ ਪੈਂਦੇ ਆ ਖੜੇ ਆ ਜੀ। ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ? ਪ੍ਰਸ਼ਾਸਨ ਤੋਂ ਮੰਗ ਕਰਦੇ ਸਾਡਾ ਹੱਕ ਮਿਲਣਾ ਚਾਹੀਦਾ ਜੀ। ਘਟਨਾ ਹੋਈ, ਕਿੰਨੇ ਪੈਸੇ ਖੋਹ ਹੋਏ ਨੇ, ਕਿਹਦੇ ਵੱਲੋਂ ਹੋਏ ਤੇ ਕਿੱਥੇ ਹੋਈ ਘਟਨਾ? ਇਹ ਜੀ ਆਪਣੇ ਜੱਖ ਰੋਡ ਤੇ SBI ਬੈਂਕ 'ਚੋਂ ਪੈਸੇ ਕਢਾ ਕੇ ਨਿਰਮਲ ਸਿੰਘ ਵਾਸੀ ਹਰਿਆਓ ਤੋਂ ਨੇ ਇਹ ਤੇ ਇਹਨਾਂ ਦੇ ਭਤੀਜਾ ਵੀ ਨਾਲ ਸੀ ਇੱਥੇ। ਉਹ ਭਤੀਜਾ ਸ਼ਹਿਰ ਚਲਾ ਗਿਆ, 2.5 ਲੱਖ ਇੱਥੋਂ ਕਢਾਇਆ ਸੀ, 2.5 ਲੱਖ ਉਹ ਕਹਿ ਰਹੇ ਨੇ ਹੋਰ 4,95,000 ਰੁਪਇਆ ਸੀਗਾ ਅਤੇ ਇੱਥੋਂ ਲੈ ਕੇ ਬਜ਼ੁਰਗ ਇਹ ਮੋਟਰਸਾਈਕਲ 'ਤੇ ਹਰਿਆਓ ਨੂੰ ਜਾ ਰਹੇ ਸੀ। ਦਿਓਗੜ੍ਹ ਦੇ ਨੇੜੇ ਕਹਿ ਰਹੇ ਨੇ ਵੀ 4 ਮੁੰਡੇ ਮੋਟਰਸਾਈਕਲ 'ਤੇ ਆਏ, 3 ਮੋਨੇ ਸੀ, ਇੱਕ ਸਰਦਾਰ ਸੀਗਾ ਪਰਨੇ ਵਾਲਾ, ਵੀ ਉਹਨਾਂ ਨੇ ਮੋਟਰਸਾਈਕਲ ਨੇੜੇ ਲਾ ਕੇ ਧੱਕਾ ਮਾਰ ਕੇ ਡੇਗ ਤਾਂ ਦੇ ਲਿਫਾਫਾ ਚੱਕ ਕੇ ਲੈ ਗਏ। ਕਾਰਵਾਈ ਕੀਤੀ ਜਾ ਰਹੀ ਹੈ? ਅਸੀਂ ਇਹਨਾਂ ਦਾ ਬਿਆਨ ਲਿਖੇ ਸਟੇਟਮੈਂਟ ਦਰਜ ਕਰ ਰਹੇ ਹਾਂ, ਅਸੀਂ ਕੈਮਰੇ ਵਾਲਾ ਨੂੰ ਬੈਂਕ 'ਚ ਆਇਆ ਅਸੀਂ ਤਾਂ ਚੈੱਕ ਕਰ ਰਹੇ ਹਾਂ ਅਤੇ ਬਾਕੀ ਅਸੀਂ ਜਲਦੀ ਇਹਨਾਂ ਨੂੰ ਦੋਸ਼ੀਆਂ ਨੂੰ ਜਲਦੀ ਸ਼ਨਾਖਤ ਕਰਕੇ ਗ੍ਰਿਫਤਾਰ ਕਰ ਲਵਾਂਗੇ।